ਮੁੱਖ ਮੰਤਰੀ ਸਾਹਿਬ ਯੋਗਾ ਕਰਨ ਦੇ ਵਿੱਚ ਵਿਅਸਥਾ ਜਿਦੋਂ ਨਾ ਵੀ ਸਾਰਾ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀਗਾ ਪੰਜਾਬ ਦਾ ਨੀਰੋ ਬੰਸਰੀ ਵਜਾ ਰਿਹਾ ਤੇ ਰੋਕ ਕਰਾ ਕਰਾ ਕਰ ਰਿਹਾ ਸਰਬਜੀਤ ਕੌਰ ਮਾਲੂਕੇ ਸ਼ਾਇਮ ਉਹਦਾ ਨਾਮ ਬੋਲ ਰਿਆ ਮੁੱਖ ਮੰਤਰੀ ਸਾਹਿਬ ਬੋਲਣ ਨੂੰ ਤਿਆਰ ਨਹੀਂ ਗਏ ਜੇ ਇੱਕ ਚੰਨੀ ਦੇ ਖਿਲਾਫ ਪਰਚਾ ਦਰਜ ਕਰਨ ਵਾਸਤੇ 3 ਕਰੋੜ ਦੀ ਆਬਾਦੀ ਦੇ ਇੱਕ ਮੁੱਖ ਮੰਤਰੀ ਆਪ ਪ੍ਰੈਸ ਕਾਨਫਰੰਸ ਕਰਦੇ ਆ ਕਿ ਛੋਟੇ ਦੇ ਮਸਲੇ ਤੇ ਆ ਗਏ ਤਾਂ ਫਿਰ ਐਡਾ ਵੱਡਾ ਮਸਲਾ ਇਸ ਮਸਲੇ ਤੇ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰ ਸਕਦੇਗੇ ਤੋ ਭੁਟੀਆਂ ਸਰਕਾਰਾਂ ਸੀਗੀਆਂ ਤੇ ਇਹ ਜਦੋਂ ਕੋਈ ਧਰਨਾ ਕੋਈ ਮੁਜ਼ਾਹਰਾ ਦੇਖ ਲੈਂਦੇ ਸੀਗੇ ਤਾਂ 100-100 ਕਿਲੋਮੀਟਰ ਦੂਰ ਜਾ ਕੇ ਤਰੀ ਤੇ ਬਹਿ ਜਾਂਦੇ ਸੀਗੇ ਅੱਜ ਸਾਰੇ 91 ਐਮਐਲ ਨੂੰ ਸੱਪ ਸੁੰਗ ਗਿਆ ਤੇ ਇਹਨਾਂ ਨੂੰ ਲੱਗਦਾ ਵੀ ਸਰਕਾਰ ਸਾਡੀ ਆ ਇਹ ਸਾਰਾ ਪ੍ਰਸ਼ਾਸਨ ਤੰਤਰ ਮੰਤਰ ਇਹ ਸਾਰਾ ਕੁਝ ਸਾਡੀ ਜੇਬ ਦੇ ਵਿੱਚ ਤੇ ਇਹ ਆਪਦੇ ਆਪ ਨੂੰ ਰਾਜੇ ਮਹਾਰਾਜੇ ਮੰਨ ਕੇ ਬਹਿ ਗਏ ਆ ਲੋਕ ਇਹਨਾਂ ਨੂੰ ਲੱਗਦੇ ਕੀੜੇ ਮਕੌੜੇ ਇਹ ਕਿਸ ਤਰ੍ਹਾਂ ਦਾ ਰੰਗਲਾ ਪੰਜਾਬ ਆ ਜਿਹਦੇ ਵਿੱਚ ਲੋਕਾਂ ਦੀਆਂ ਜਾਇਦਾਦਾਂ ਤੁਸੀਂ ਲੁੱਟਣ ਬੈਠੇ ਆਂ ਲੋਕਾਂ ਦੀਆਂ ਜਾਇਦਾਦਾਂ ਨੱਪਣ ਦੀ ਤੁਸੀਂ ਤਿਆਰੀ ਕਰ ਲਈ ਹੈਗੀ ਆ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਬੇ ਬਹੁਤ ਬੇਫੂਕ ਸਮਝਦੇ ਆਂ ਉਹੀ ਪੁਰਾਣੇ ਜਿਹੜੇ ਮਾਫੀਆ ਦੇ ਵਿੱਚ ਨਾਂ ਬੋਲਦੇ ਸੀ ਜਿੰਨਾਂ ਦੇ ਉਹ ਇਹਨਾਂ ਦੀ ਸਰਕਾਰ 'ਚ ਵਿਧਾਇਕ ਬਣੇ ਬੈਠੇ ਆ ਭਗ ਸਿੰਘ ਦੀ ਵਿਚਾਰਧਾਰਾ ਭਗ ਸਿੰਘ ਦੀ ਸੋਚ ਨੂੰ ਸਾਰਿਆਂ ਨੇ ਆਪਣੀ ਦੁਕਾਨ ਬਣਾ ਲਿਆ ਇਹ ਪਾਰਟੀ ਵੀ ਉਹਦੇ ਨਾਮ ਤੇ ਸਿਆਸਤ ਕਰਕੇ ਆ ਉਹਦਾ ਜਿਹੜਾ ਨਾਮ ਆ ਉਹ ਵਰਤ ਰਹੀ ਆ ਲੋਕਾਂ ਨੂੰ ਹੁਣ ਪੁਰਾਣੀਆਂ ਤੇ ਨਵੀਆਂ ਪਾਰਟੀਆਂ ਤੋਂ ਕਿਸੇ ਤਰ੍ਹਾਂ ਦੀ ਆਸ ਛੱਡ ਦੇਣੀ ਚਾਹੀਦੀ ਆ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਜਗਰਾਉਂ ਕੋਠੀ ਦੇ ਵਿੱਚ ਹਰ ਰੋਜ਼ ਨਵਾਂ ਮੋੜ ਆ ਰਿਹਾ ਤੇ ਲਗਾਤਾਰ ਇਸੇ ਕੋਠੀ ਦਾ ਮਾਮਲਾ ਵੱਧਦਾ ਹੀ ਜਾ ਰਿਹਾ ਹੈ ਪਹਿਲੇ ਦਿਨ ਇਹ ਲੱਗਦਾ ਸੀ ਕਿ ਮਾਮਲਾ ਉੱਠੇਗਾ ਤੇ ਬੈਠ ਜਾਵੇਗਾ ਪਰ ਇਹ ਮਾਮਲਾ ਹੁਣ ਪੋਲਿਟੀਕਲ ਬੰਦਾਂ ਦੇ ਗੱਲ ਦੀ ਹੱਡੀ ਬਣਦਾ ਜਾਂਦਾ ਮੌਕੇ ਦੀ ਸਰਕਾਰ ਨੂੰ ਬੜਾ ਕੋਈ ਝੰਨਾ ਪੈ ਰਿਹਾ ਲਗਾਤਾਰ ਕਿਸਾਨ ਜਥੇਬੰਦੀਆਂ ਸਰੋਵ ਵਿੱਚ ਕੋਧ ਰਹੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਮੁੱਦਾ ਉਠਾ ਰਹੀਆਂ ਤੇ ਹੁਣ ਕਿਸਾਨ ਜਿੱਥੇ ਬੰਦੀਆਂ ਵੱਲੋਂ ਇੱਕ ਐਕਸ਼ਨ ਵੀ ਰੱਖਿਆ ਗਿਆ ਉਹ ਐਕਸ਼ਨ ਤੇ ਤੇ ਨਾਲ ਨੌਜਵਾਨ ਭਾਰ ਸਭਾ ਇਸ ਮਸਲੇ ਵਿੱਚ ਕੁੱਦੀ ਹੈ ਗੱਲਬਾਤ ਕਰਾਂਗੇ ਛੜੇ ਦਾ ਨੌਜਵਾਨ ਭਾਰ ਸਭਾ ਦੇ ਅਗੂ ਕਰਮ ਮਾਨੁਕੇ ਨੇ ਕਰਮ ਕਿਵੇਂ ਦਿਖਦੇ ਹੋ ਸਾਰੇ ਮਸਲੇ ਜਿਹੜੇ ਹੁਣ ਤੱਕ ਵਾਪਰਿਆ ਕੋਠੀ ਤੇ ਕਬਜ਼ੇ ਨੂੰ ਲੈ ਕੇ ਸਾਰੇ ਰੌਲੇ ਨੂੰ ਪਹਿਲੀ ਗੱਲ ਤਾਂ ਸਰਬਜੀਤ ਕੌਰ ਮਾਨੁਕੇ ਐਮਐਲਏ ਆਮ ਆਦਮੀ ਪਾਰਟੀ ਦੀ ਜੀ ਉਹਨਾਂ ਨੇ ਇੱਕ ਐਨਆਰਆਈ ਪਰਿਵਾਰ ਦੀ ਕੋਠੀ ਤੇ ਕਬਜ਼ਾ ਕੀਤਾ ਇਹਦੇ ਖਿਲਾਫ ਸੰਘਰਸ਼ ਚੱਲ ਰਿਹਾ ਜੀ ਤੇ ਅੱਜ ਜਥੇਬੰਦੀਆਂ ਜਿਹੜੀਆਂ ਜਗਰਾਉਂ ਇਲਾਕੇ ਨਾਲ ਸੰਬੰਧਤ ਆ ਉਹਨਾਂ ਨੇ ਇੱਕ ਸਾਂਝੀ ਮੀਟਿੰਗ ਬੁਲਾਈ ਸੀ ਉਸ ਮੀਟਿੰਗ 'ਚ ਅਸੀਂ ਸ਼ਾਮਲ ਹੋਏ ਆ ਤੇ ਐਲਾਨ ਕਰਦੇ ਆ ਕਿ ਨੌਜਵਾਨ ਭਾਰਸਵਾ ਵੱਲੋਂ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਜਿਸ ਤਰ੍ਹਾਂ ਦਾ ਸੰਘਰਸ਼ ਚੱਲੂਗਾ ਅਸੀਂ ਨਾਲ ਖੜੇ ਹੋਵਾਂਗੇ ਦੂਸਰੀ ਗੱਲ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਵਾਂਗੇ ਕਿ ਲੋਕਾਂ ਨੂੰ ਇਹ ਗੱਲ ਹੁਣ ਸਮਝ ਜਾਣੀ ਚਾਹੀਦੀ ਆ ਕਿ ਦੇਖੋ ਐਮਐਲਏ ਮਾਲ ਮਹਿਕਮੇ ਦੇ ਅਧਿਕਾਰੀ ਕਰਮ ਸਿੰਘ ਅਸ਼ੋਕ ਕੁਮਾਰ ਜਿੰਨੇ ਵੀ ਹੈਗੇ ਸਾਰਾ ਲੰਗ ਲਾਣਾ ਇਹਨਾਂ ਸਾਰਿਆਂ ਦਾ ਇੱਕ ਗਰੋਹ ਬਣਿਆ ਹੋਇਆ ਆ ਤੇ ਲੋਕਾਂ ਨੇ ਗੱਲ ਚੇਤੇ ਕਰਨੀ ਚਾਹੀਦੀ ਹੈ ਕਿ ਇਹ ਗਰੋ ਸਾਲ ਪੁਰਾਣਾ ਕਿ 70 ਸਾਲ ਪੁਰਾਣਾ ਇਹ 70 ਸਾਲ ਪੁਰਾਣਾ ਗਰੋ ਆ ਜੇ ਇਹ ਗਰੋ ਉਸੇ ਤਰ੍ਹਾਂ ਚੱਲ ਰਿਹਾ ਤੇ ਐਮਐਲਏ ਦਾ ਨਾਮ ਇਹਦੇ ਵਿੱਚ ਬੋਲ ਰਿਹਾ ਜਿਵੇਂ ਕਹਿ ਰਹਿਣਾ ਵੀ ਹਜੇ ਸਮਾਂ ਚਾਹੀਦਾ ਸਮਾਂ ਲੱਗੂਗਾ ਸਰਕਾਰ ਨੂੰ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਠੀਕ ਆ ਸਮਾਂ ਮੰਨ ਲਿਆ ਪਰ ਫਿਰ ਐਮਐਲਏ ਦਾ ਨਾਮ ਵਿੱਚ ਕਿਉਂ ਬੋਲ ਰਿਹਾ ਐਮਐਲਏ ਦਾ ਇੰਟਰਸਟ ਇਹਦੇ ਵਿੱਚ ਕੀ ਹੈਗਾ ਤਾਂ ਲੋਕਾਂ ਨੇ ਦੇਖਣਾ ਚਾਹੀਦਾ ਫਿਰ ਬਦਲਾਅ ਕਾਦਾ ਦੂਸਰੀ ਇਹ ਗੱਲ ਕਿ ਲੋਕਾਂ ਨੂੰ ਹੁਣ ਪ੍ਰਾਣੀਆਂ ਤੇ ਨਵੀਆਂ ਪਾਰਟੀਆਂ ਤੋਂ ਕਿਸੇ ਤਰ੍ਹਾਂ ਦੀ ਆਸ ਛੱਡ ਦੇਣੀ ਚਾਹੀਦੀ ਆ ਹੁਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਅੱਜ ਜੇ ਪਰਿਵਾਰ ਨਾਲ ਆ ਕੇ ਖੜਾ ਕੋਈ ਐਮਐਲਏ ਚਲ ਇਸ ਇਲਾਕੇ ਦਾ ਨਾਂ ਆਉਂਦਾ ਕੋਈ ਹੋਰ ਐਮਐਲਏ ਚੱਲ ਕੇ ਆ ਜਾਂਦਾ ਜਦੋਂ ਬੁਝੀਆਂ ਸਰਕਾਰਾਂ ਸੀਗੀਆਂ ਤੇ ਇਹ ਜਦੋਂ ਕੋਈ ਧਰਨਾ ਕੋਈ ਮਜਾਰਾ ਦੇਖ ਲੈਂਦੇ ਸੀਗੇ ਤਾਂ 100-100 ਕਿਲੋਮੀਟਰ ਦੂਰ ਜਾ ਕੇ ਦਰੀ ਤੇ ਬਹਿ ਜਾਂਦੇ ਸੀਗੇ ਅੱਜ ਸਾਰੇ 92 ਦੇ 92 92 ਦੇ ਵਿੱਚ ਇੱਕ ਕੱਢ ਦੀ 91 ਐਮਐਲਏ ਰਹਿ ਗਏ 91 ਐਮਐਲਏ ਨੂੰ ਸੱਪ ਸੁੰਘ ਗਿਆ ਤੇ ਮੁੱਖ ਮੰਤਰੀ ਸਾਹਿਬ ਯੋਗਾ ਕਰਨ ਦੇ ਵਿੱਚ ਵਿਅਸਤ ਆ ਜਿਉਂਦਾ ਨਾ ਵੀ ਸਾਰਾ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀਗਾ ਪੰਜਾਬ ਦਾ ਨੀਰੋ ਬੰਸਰੀ ਵਜਾ ਰਿਹਾ ਤੇ ਰੋਕ ਕਰਾ ਕਰਾ ਕਰ ਰਹੇ ਆ ਲੋਕਾਂ ਨੂੰ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਆਦਤ ਛੱਡ ਕੇ ਇੱਕੋ ਆਸ ਸੰਘਰਸ਼ ਤੇ ਰੱਖਣੀ ਚਾਹੀਦੀ ਆ ਅੱਜ 50 ਦੇ ਕਰੀਬ ਜਥੇਬੰਦੀਆਂ ਇਕੱਠੀਆਂ ਹੋਈਆਂ ਜਥੇਬੰਦੀਆਂ ਦੇ ਸਾਥੀ 50 ਦੇ ਕਰੀਬ ਇਕੱਠੇ ਹੋਏ ਆ ਤੇ ਉਹਨਾਂ ਲੋਕਾਂ ਨੇ ਇਕੱਠੀਆਂ ਹੋ ਕੇ ਆਪਦਾ ਫਰਜ਼ ਸਮਝਿਆ ਉਹਨਾਂ ਨੇ ਕੋਈ ਵੋਟਾਂ ਨਹੀਂ ਲੈਣੀਆਂ ਉਹਨਾਂ ਦਾ ਕੋਈ ਨਿੱਜੀ ਇੰਟਰਸਟ ਨਹੀਂ ਹੈਗਾ ਤੇ ਇਹਨਾਂ ਦੇ ਵਿੱਚੋਂ ਕਿਸੇ ਬੰਦੇ ਦਾ ਨਾਮ ਜਿਵੇਂ ਐਮਐਲਏ ਦਾ ਨਾਮ ਬੋਲ ਰਿਹਾ ਕੋਠੀ ਦੱਬਣ ਦੇ ਵਿੱਚ ਕਿਸੇ ਬੰਦੇ ਦਾ ਨਾਮ ਕੋਠੀ ਦੱਬਣ ਜਾਂ ਐ ਜਿਆਦਾ ਦੱਬਣ ਦੇ ਵਿੱਚ ਨਹੀਂ ਬੋਲਦਾ ਹੋਊਗਾ ਤਾਂ ਲੋਕਾਂ ਨੂੰ ਇਹਨਾਂ ਲੋਕਾਂ ਤੇ ਟੇਕ ਰੱਖਣੀ ਚਾਹੀਦੀ ਆ ਇਹਨਾਂ ਦੇ ਸੰਘਰਸ਼ ਦੇ ਬਲਬੁਤੇਈ ਸਮੱਸਿਆਵਾਂ ਜਿਹੜੀਆਂ ਹੱਲ ਹੋਣੀਆਂ ਇਹਨਾਂ ਪਾਰਟੀਆਂ ਦਾ ਖਿਹੜਾ ਜਿਹੜਾ ਹੋਣਾ ਉਹ ਛੱਡ ਦੇਣਾ ਚਾਹੀਦਾ ਜਿਹੜੇ ਇਹਨਾਂ ਨਾਲ ਜੁੜੇ ਇਹਨਾਂ ਨੂੰ ਵੀ ਕਹਿਨੇ ਆ ਜਿਹੜੇ ਪੁਰਾਣਿਆਂ ਨਾਲ ਲੱਗੀ ਖੜੇ ਹਜੇ ਉਹਨਾਂ ਨੂੰ ਵੀ ਅਸੀਂ ਇਹ ਗੱਲ ਕਹਿਣਾ ਚਾਹਾਂਗੇ ਦੂਸਰੀ ਗੱਲ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਸਰਕਾਰ ਬਣਾ ਕੇ ਅਸੀਂ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਦਾ ਬਣਾਵਾਂਗੇ ਕਿ ਇੱਥੇ ਰੋਜ਼ਗਾਰ ਹੋਊਗਾ ਤੇ ਨੌਜਵਾਨ ਬਾਹਰਲੇ ਮੁਲ ਕਹਿੰਦੇ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਪੰਜਾਬ ਚ ਆਈਲੈਂਡਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੀ ਗਿਣਤੀ ਘਟੂਗੀ। ਹੂੰ ਤੇ ਘਟਣੀ ਤਾਂ ਕੀ ਸੀਗੀ ਜਿਹੜੇ ਵਿਚਾਰੇ ਐਨਆਰਆਈ ਬਾਹਰ ਗਏ ਆ ਤੇ ਆਪਣੀਆਂ ਜਾਇਦਾਦਾਂ ਦਾ ਇਹਨਾਂ ਦੇ ਆਸਰੇ ਛੱਡ ਕੇ ਗਏ ਆ ਇਹ ਜਾਇਦਾਦਾਂ ਦਾ ਨੱਪਣ ਵਾਲੇ ਪਾਸੇ ਪੈ ਗਏ ਆ। ਮੁੱਖ ਮੰਤਰੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਕਿ ਜਿਹੜੇ ਡੌਂਕੀ ਲਾ ਕੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਇਹ ਦੇਖਣ ਚਾਹਿਆ ਕਿ ਸਾਡੇ ਪੰਜਾਬ ਦੇ ਪਾਕਿਸਤਾਨੀ ਪੰਜਾਬ ਦੇ ਨੌਜਵਾਨ ਵੀ ਸ਼ਾਮਲ ਆ ਤੇ ਇਹ ਖਬਰ ਆ ਰਹੀ ਆ ਕਿ 400 ਦੇ ਕਰੀਬ ਜਿਹੜੇ ਨੌਜਵਾਨਾ ਸਮੁੰਦਰ ਦੇ ਵਿੱਚ ਡੁੱਬ ਗਏ ਆ। ਤੇ ਮੁੱਖ ਮੰਤਰੀ ਸਾਹਿਬ ਚੁੱਪ ਕਿਉਂ ਆ ਹਜੇ ਵੀ ਨੌਜਵਾਨ ਬਾਹਰ ਨੂੰ ਜਾ ਰਹੇ ਆ ਜਿਹੜੇ ਵਿਚਾਰੇ ਬਾਹਰ ਜਾ ਰਹੇ ਆ ਉਹਨਾਂ ਦੀ ਜਾਇਦਾਦਾਂ ਤੁਹਾਡੇ ਅਸਰੀ ਆ ਤੁਸੀਂ ਉਹਨਾਂ ਦੀ ਜਾਇਦਾਦਾਂ ਨੱਪਣ ਪੈ ਗਏ ਹੋਏ ਹੋ ਇਹਦਾ ਮਤਲਬ ਕਿ ਤੁਸੀਂ ਪਿਛਲਿਆਂ ਨੂੰ ਵੀ ਪਿਛਲਿਆਂ ਤੋਂ ਵੀ ਸਿਰਾ ਕਰਤਾ ਪਿਛਲਿਆਂ ਦਾ ਵੀ ਤੁਸੀਂ ਰਿਕਾਰਡ ਜਿਹੜੇ ਆ ਤੋੜਤੇ ਆ ਤੇ ਤੁਸੀਂ ਇਹ ਤੈਅ ਕਰ ਲਿਆ ਕਿ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਰੰਗਲਾ ਪੰਜਾਬ ਦੇਣਾ ਜਿਹੜੇ ਰੰਗਲੇ ਪੰਜਾਬ ਦੇ ਗੁਲਾਬ ਕੈਨੇਡਾ ਦੇ ਮਿਸਿਸਾਗਾ ਵਿੱਚ ਬਹਿ ਕੇ ਵਿਚਾਰੇ ਆਪਦੀ ਡਿਪੋਰਟੇਸ਼ਨ ਦੇ ਖਿਲਾਫ ਦੇਸ਼ ਨਿਕਾਲੇ ਦੇ ਖਿਲਾਫ ਬਹਿੰਦੇ ਆ ਤੇ ਉਹਨਾਂ ਦਾ 18 ਦਿਨ ਲਗਾਤਾਰ ਦਿਨ ਰਾਤ ਦਾ ਧਰਨਾ ਚੱਲਦਾ ਕੈਨੇਡਾ ਦੇ ਵਿੱਚ ਕਿ ਸਰਕਾਰ ਕੈਨੇਡੀਅਨ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਸਾਡਾ ਦੇਸ਼ ਨਿਕਾਲੇ ਦਾ ਜਿਹੜਾ ਕਾਨੂੰਨ ਹੈਗਾ ਹੁਕਮ ਹੈ ਇਹ ਵਾਪਸ ਲਿਆ ਜਾਵੇ ਕਿਉਂਕਿ ਏਜੰਟਾਂ ਦੀ ਧੋਖੇ ਤੜੀ ਦਾ ਸ਼ਿਕਾਰ ਹੋਇਆ ਉਹਨਾਂ ਨੂੰ ਫੜੋ ਵਿਦਿਆਰਥੀਆਂ ਦਾ ਕੋਈ ਕਸੂਰ ਨਹੀਂਗਾ 18 ਦਿਨ ਧਰਨਾ ਚੱਲਿਆ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਨਹੀਂ ਆਇਆਗਾ 92 ਦੇ 92 ਐਮਐਲ ਨੂੰ ਸੱਪ ਸੰਘਿਆ ਇੱਕ ਦਾਵੀ ਕੋਈ ਬਿਆਨ ਜਿਹੜਾ ਉਹ ਨਹੀਂ ਆਇਆਗਾ ਇਹ ਕਿਸ ਤਰ੍ਹਾਂ ਦਾ ਰੰਗਲਾ ਪੰਜਾਬ ਆ ਜਿਹਦੇ ਵਿੱਚ ਲੋਕਾਂ ਦੀਆਂ ਜਾਇਦਾਦਾਂ ਤੁਸੀਂ ਲੁੱਟਣ ਬੈਠੇ ਆ ਲੋਕਾਂ ਦੀਆਂ ਜਾਇਦਾਦਾਂ ਨੱਪਣ ਦੀ ਤੁਸੀਂ ਤਿਆਰੀ ਕਰ ਲਈ ਹੈਗੀ ਆ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਬੇ ਬਹੁਤ ਬੇਫਕੂਫ ਸਮਝਦੇ ਆ ਪਰ ਤੁਹਾਨੂੰ ਇਹ ਅੰਤ ਲਿਖਿਆ ਪੜ ਲੈਣਾ ਚਾਹੀਦਾ ਕਿ ਬਹੁਤ ਲੋਕ ਬੜੇ ਬਹੁਤ ਮਤਲਬ ਕਿ ਜਿਨੂੰ ਕਿ ਕੁੱਤੀ ਚੀਜ਼ ਹੁੰਦੀ ਆ ਜਦੋਂ ਲੋਕੇ ਤੈਅ ਕਰ ਲੈਣ ਜਿਵੇਂ ਪਹਿਲਾਂ ਲੋਕਾਂ ਨੇ ਤੈਅ ਕਰ ਲਿਆ ਝਗੜੇ ਤਕੜੇ ਜਾਂ ਖੁੰਡ ਜਿਹੜੇ ਆ ਪਟਕਾ ਕੇ ਆ ਪਾਸੇ ਮਾਰੇ ਆ ਤੁਸੀਂ ਵੀ ਕਿਸੇ ਬਾਗ ਦੀ ਮੂਲੀ ਨਹੀਂ ਗਈ ਜਦੋਂ ਲੋਕ ਥੋਡੇ ਵੱਲ ਨੂੰ ਹੋ ਗਏ ਤੇ ਤੁਸੀਂ ਉਸ ਤਰ੍ਹਾਂ ਦੇ ਹੁਣ ਕਾਰਨਾਮੇ ਕਰਨ ਤੇ ਜਿਹੜਾ ਆ ਗਏ ਆ ਅਸੀਂ ਕਹਿਣਾ ਕਿ 1 ਐਮਐਲ ਨਹੀਂ ਇੱਥੇ ਬਹੁਤ ਕਾਲੇ ਚੱਠੇ ਖੁੱਲਣੇ ਆ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਵਧੇ ਆ ਪੂਰੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਪਏ ਹੋਣਗੇ ਆਉਣ ਵਾਲੇ ਦਿਨਾਂ 'ਚ ਲੋਕ ਸੜਕਾਂ 'ਤੇ ਉਤਰਨਗੇ ਇਹਨਾਂ ਨੂੰ ਸੇਕ ਲੱਗੂ ਕਿ ਤੇ ਵੱਡਾ ਸਿਆਸੀ ਜਿਹੜਾ ਨੁਕਸਾਨ ਆ ਸਰਕਾਰ ਨੂੰ ਆ ਉਹ ਚੱਲਣਾ ਪਊਗਾ ਚੱਲਣਾ ਪਊਗਾ ਅੱਛਾ ਇੱਕ ਗੱਲ ਦੱਸੋ ਜਿਹੜਾ ਹੁਣ ਐਕਸ਼ਨ ਉਲਿਖਿਆ ਗਿਆ ਉਹ ਕੀ ਲਿਖਿਆ ਗਿਆ ਤੇ ਫਿਰ ਉਦੋਂ ਕੀ ਹੋਊਗਾ ਇੱਥੇ ਐਕਸ਼ਨ ਉਲਿਖਿਆ ਜਿੱਥੇ ਬੰਦੀਆਂ ਨੇ ਫੈਸਲਾ ਕੀਤਾ ਐਸਐਸਪੀ ਦਾ ਕਹਿਣਾ ਸੀਗਾ ਕਿ ਤੁਸੀਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਡੀਸੀ ਸਾਹਿਬ ਐਸਡੀਐਮ ਸਾਹਿਬ ਉਹਨਾਂ ਨੂੰ ਜਾ ਕੇ ਮਿਲੋ ਤੇ ਤੁਸੀਂ ਇਹ ਮੰਗ ਕਰੋ ਜਿਹੜੀ ਰਜਿਸਟਰੀਆਂ ਤੋੜੀ ਜਾਵੇ ਇਹਦਾ ਵੀ ਅਸੀਂ ਖੰਡਨ ਕੀਤਾ ਭਰੀ ਮੀਟਿੰਗ ਦੇ ਵਿੱਚ ਕਿ ਜੇ ਐਸਐਸਪੀ ਨੂੰ ਇਹ ਗੱਲ ਦਿਖ ਰਹੀ ਆ ਕਿ ਨਾਇਜ਼ ਕਬਜ਼ਾ ਕੀਤਾ ਪਰਿਵਾਰ ਨਾਲ ਐਨਆਰਆਈ ਪਰਿਵਾਰ ਨਾਲ ਧੱਕਾ ਹੋਇਆ ਸਿਆਸੀ ਸ਼ੈਦ ਧੱਕਾ ਹੋਇਆ ਤਾਂ ਫਿਰ ਐਸਐਸਪੀ ਸਾਹਿਬ ਤੋਂ ਡੀਸੀ ਸਾਹਿਬ ਬਾਹਰ ਥੋੜੀ ਆ ਐਸ ਡੀ ਐਮ ਸਾਹਿਬ ਐਸ ਐਸ ਪੀ ਸਾਹਿਬ ਤੋਂ ਬਾਹਰ ਥੋੜੀ ਆ ਜਦੋਂ ਲੋਕਾਂ ਦੇ लाठी चार्ज ਕਰਾਉਣਾ ਹੁੰਦਾ ਕਿਸੇ ਥਾਣੇਦਾਰ ਦੇ ਫੋਨ ਤੇ ਐਸ ਡੀ ਐਮ ਤਹਿਸੀਲਦਾਰ ਆਉਂਦਾ ਉਹਦੀ ਹਾਰੀ ਚ ਲੋਕਾਂ ਦੇ ਜਿਹੜੇ ਪੁੜੇ ਸਿੱਕੇ ਜਾਂਦੇ ਆ ਤੇ ਅੱਜ ਐਸ ਐਸ ਪੀ ਇੰਨਾ ਕੰਮ ਕਿਉਂ ਨਹੀਂ ਕਰਵਾ ਸਕਦੇ ਉਹ ਬੈਠੇ ਬਿਠਾਏ ਡੀ ਸੀ ਸਾਹਿਬ ਨੂੰ ਲਿਖ ਕੇ ਜਿਹੜਾ ਇਹ ਕੰਮਾਂ ਕਰਵਾ ਸਕਦੇ ਆ ਪਰ ਇਹਨਾਂ ਨੇ ਜਿਹੜੀ ਗੱਲ ਹੈਗੀ ਉਹਨੂੰ ਗੰਧਾਲਚਾਲੇ ਪਾਉਣ ਵਾਸਤੇ ਜਿਹੜਾ ਲੋਕਾਂ ਨੂੰ ਖੱਜਲ-ਖਵਾਰ ਕਰਨ ਵਾਸਤੇ ਵੀ ਇਹ ਮਸਲਾ ਜਿਹੜਾ ਉਹ ਲਟਕ ਜੇ ਆ ਇਹਨਾਂ ਦਾ ਮਸਲਾ ਜਿਹੜਾ ਹੱਲਣਾ ਹੋਵੇ ਇਸ ਕਰਕੇ ਉਹਨਾਂ ਨੇ ਜਿਹੜਾ ਆਪਦਾ ਪਲੜਾ ਛਡਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਇਸ ਗੱਲ ਦਾ ਖੰਡਨ ਕੀਤਾ ਤੇ ਅਸੀਂ ਇਹ ਮੰਗ ਕੀਤੀ ਆ ਕਿ ਫੌਰੀ ਰਜਿਸਟਰੀ ਜਾਲੀ ਆ ਟੁੱਟਦੀ ਆ ਨਹੀਂ ਟੁੱਟਦੀ ਆ ਸਾਨੂੰ ਇਹਨਾਂ ਮਾਲ ਵਿਭਾਗ ਦੇ ਅਧਿਕਾਰੀਆਂ ਦਾ ਪਤਾ ਇਹਨਾਂ ਦਾ ਵਿਸ਼ਵਾਸ ਜਿਹੜਾ ਇਹਨਾਂ ਤੋਂ ਸਾਡਾ ਉੱਠ ਚੁੱਕਿਆ ਇਹਨਾਂ ਦੇ ਇਹੋ ਜਿਹੇ ਕਾਰਨਾਮੇ ਕਰਕੇ ਉਹ ਚੱਲੀ ਜਾਊਗਾ ਕੰਮ ਰਜਿਸਟਰੀ ਟੁੱਟ ਜੂਗੀ ਤੁਹਾਨੂੰ ਲੱਗਦਾ ਵੀ ਜਾਲੀ ਹੋਈ ਆ ਤੁਸੀਂ ਟੜਵਾ ਦੋਗੇ ਪਰ ਮੇਨ ਮੁੱਦਾ ਜਿਹੜਾ ਇਹ ਆ ਕਿ ਉਹ ਪਰਿਵਾਰ ਨੂੰ ਚਾਬੀਆਂ ਦਿੱਤੀਆਂ ਜਾਣ ਤੇ ਉਹਨੂੰ ਕੋਠੀ ਦੇ ਵਿੱਚ ਬਿਠਾਇਆ ਜਾਵੇ ਪ੍ਰਸ਼ਾਸਨ ਨੇ ਇਹ ਤੋਂ ਪੱਲਾ ਛੱਡਿਆ ਹੱਸ ਕੇ ਦਿਖਾਤਾ ਤਾਂ ਫਿਰ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਕੱਲ ਐਸਡੀਐਮ ਸਾਹਿਬ ਨੂੰ ਮਿਲ ਕੇ ਇੱਕ ਐਪਲੀਕੇਸ਼ਨ ਮੂਵ ਕੀਤੀ ਜਾਊਗੀ ਜਿਸ 'ਚ ਇਹ ਮੰਗ ਕਰਾਂਗੇ ਕਿ ਰਜਿਸਟਰੀ ਜਾਲੀਆ ਨੂੰ ਰੱਦ ਕੀਤਾ ਜਾਵੇ ਤੇ ਜਿਹੜਾ ਰਜਿਸਟਰੀ ਹੈਗੀ ਇਹਨਾਂ ਦੇ ਨਾਮ ਦੀ ਜਿਹੜੀ ਬਹਾਲ ਆ ਉਹ ਕੀਤੀ ਜਾਵੇ ਐਨਆਰਆਈ ਪਰਿਵਾਰ ਦੇ ਤੇ 26 ਤਰੀਕ ਦਾ ਇਹ ਫੈਸਲਾ ਹੋਇਆ ਕਿ ਸਾਰੀਆਂ ਜਥੇਬੰਦੀਆਂ ਇੱਕ ਵੱਡਾ ਰੋਸ ਮਾਰਚ ਸ਼ਹਿਰ ਦੇ ਵਿੱਚ ਕੱਢ ਕੇ ਜਿਹੜਾ ਕੋਠੀਵਾਲ ਨੂੰ ਜਿਹੜਾ ਮੂਵ ਕਰਨਗੇ ਉਸ ਦਿਨ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਦੀ ਹਰਕਤ ਤੇ ਨਿਰਭਰ ਕਰੂਗਾ ਕਿ ਪ੍ਰਸ਼ਾਸਨ ਕਿਸ ਤਰ੍ਹਾਂ ਦਾ ਰਵਈਆ ਅਪਣਾਉਂਦਾ ਉਸ ਤਰ੍ਹਾਂ ਦਾ ਜਿਹੜਾ ਐਕਸ਼ਨ ਆ ਉਹ ਦੇਖਣ ਨੂੰ ਮਿਲੂਗਾ 26 ਤਰੀਕ ਨੂੰ ਇਹ ਫੈਸਲਾ ਕੀਤਾ ਕਿ ਪ੍ਰਸ਼ਾਸਨ ਨਹੀਂ ਜੇ ਹੱਲ ਕਰਾਉਂਦਾ ਤਾਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਦੇ ਬਲਬੂਤੇ ਜਿਹੜਾ ਕੋਠੀ ਦਾ ਕਬਜ਼ਾ ਉਹ ਐਨਆਰਆਈ ਪਰਿਵਾਰ ਨੂੰ ਕਰਵਾਇਆ ਜਾਊਗਾ ਐਨਆਰਆਈ ਪਰਿਵਾਰ ਨੂੰ ਅਛਾ ਉਦਨੇ ਕੋਠੀ ਦੇ ਵਿੱਚ ਬਸ ਬਾਹਰ ਬੂਰੀ ਬੈਠ ਕੇ ਰੌਲਾ ਰਲਾ ਪਾਇਆ ਜਾਊਗਾ ਜਾਂ ਐਨਆਰਆਈ ਪਰਿਵਾਰ ਨੂੰ ਵਿੱਚ ਬਾਹਰ ਦਿੱਤਾ ਜਾਊਗਾ ਤੁਸੀਂ ਆ ਜਿਓ ਉਸ ਦਿਨ ਹਾਂ ਅਸੀਂ ਕਹਿੰਦੇ ਆ ਕਿ ਅਸੀਂ ਬਹੁਤ ਸੰਜਮ ਤਰੀਕੇ ਨਾਲ ਬਹੁਤ ਸ਼ਾਂਤੀਪੂਰਵਕ ਤਰੀਕੇ ਨਾਲ ਇਹ ਪਰੇ ਸਾਰੇ ਵਰਲਡ ਨੇ ਦੇਖ ਲਿਆ ਕਿ ਸਰਬਜੀਤ ਕੌਰ ਮਾਲੂਕੇ ਸ਼ਰਿਆਮੋ ਦਾ ਨਾਮ ਬੋਲ ਰਿਆ ਮੁੱਖ ਮੰਤਰੀ ਸਾਹਿਬ ਬੋਲਣ ਨੂੰ ਤਿਆਰ ਨਹੀਂਗੇ ਮੁੱਖ ਮੰਤਰੀ ਸਾਹਿਬ ਨੂੰ ਬੋਲਣਾ ਚਾਹੀਦਾ ਇਹ ਤੇ ਆਪਦੀ ਛੁੱਪੀ ਤੋੜਨੀ ਚਾਹੀਦੀ ਆ ਪ੍ਰਸ਼ਾਸਨ ਨੂੰ ਜੇ ਕਾਨੂੰਨਾਂ ਉਹਨਾਂ ਨੂੰ ਲੱਗਦਾ ਕਾਨੂੰਨਾਂ ਅਸੀਂ ਕੰਮ ਕਰਨਾ ਉਹ ਕਾਗਜ਼ ਦੇਖ ਨਾਲ ਕਾਨੂੰਨਾਂ ਚੱਲ ਪੈਣ ਪਰ ਉਹ ਕਾਨੂੰਨਾਂ ਵੀ ਨਹੀਂ ਚੱਲ ਰਹੇਗੇ ਤੇ ਫਿਰ ਜੇ ਕਿਸ ਤਰ੍ਹਾਂ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਇੱਥੇ ਕੋਈ ਗੜਬੜ ਹੁੰਦੀ ਹੈ ਇਹਦੇ ਵਾਸਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜਥੇ ਬੰਦੀਆਂ ਜਿਹੜੀਆਂ ਇਕੱਠੀਆਂ ਹੋ ਕੇ ਪਰਿਵਾਰ ਨੂੰ ਜਿਹੜਾ ਕਬਜ਼ਾ ਹੈਗਾ ਉਹ ਦਬਾਉਣ ਕੀ ਹੈ ਕੀ ਲੱਗਦਾ ਜਦੋਂ ਪਾਵਰ ਆਫ ਟਰਨੀ ਕਹਿੰਦੇ ਆ ਵੀ ਨਕਲੀ ਹੋ ਗਈ ਜਿਹੜੀ ਉਹਦੇ ਬਿਹਾਫ ਤੇ ਰਜਿਸਟਰੀ ਆ ਉਹ ਵੀ ਕੁਦਰਤੀ ਗੱਲ ਆ ਫਿਰ ਉਹ ਨਕਲੀ ਆ ਕੀ ਲੱਗਦਾ ਵੀ ਕਰਮ ਸਿੰਘ ਦਾ ਐਡਾ ਪ੍ਰਭਾਵ ਹੈ ਜਿਹੜਾ ਅਫਸਰ ਸ਼ਾਹੀ ਤੇ ਵੇੜਾ ਅਫਸਰ ਸ਼ਾਹੀ ਹਾਲੇ ਵੀ ਜਿਹੜੀ ਉਹ ਗੱਲ ਤੇ ਟਿਕੀ ਹੋਈ ਆ ਕਰਮ ਸਿੰਘ ਐਡੀ ਸਿਆਸੀ ਤਾਕਤ ਨਹੀਂ ਅਸਲ ਜੇ ਸਰਬਜੀਤ ਕੁਮਾਰ ਨੂੰ ਕੇ ਆ ਸਾਰਾ ਕੁਝ ਐਮ ਐਲ ਏ ਸਰਬਜੀਤ ਕੁਮਾਰ ਨੂੰ ਕੇ ਸਾਰਾ ਕੁਝ ਆ ਉਹ ਐਮ ਐਲ ਏ ਆਮ ਆਦਮੀ ਪਾਰਟੀ ਦੀ ਵਿਧਾਇਕ ਆ ਇਸ ਕਰਕੇ ਇਸ ਮਸਲੇ ਨੂੰ ਲਟਕਾਇਆ ਜਾ ਰਿਹਾ ਇਹਨਾਂ ਨੂੰ ਲੱਗਦਾ ਵੀ ਸਰਕਾਰ ਸਾਡੀ ਆ ਇਹ ਸਾਰਾ ਪ੍ਰਸ਼ਾਸਨ ਤੰਤਰ ਮੰਤਰ ਇਹ ਸਾਰਾ ਕੁਝ ਸਾਡੀ ਜੇਬ ਦੇ ਵਿੱਚ ਹੈ ਤੇ ਇਹ ਆਪਦੇ ਆਪ ਨੂੰ ਰਾਜੇ ਮਹਾਰਾਜੇ ਮੰਨ ਕੇ ਬਹਿ ਗਏ ਆ ਲੋਕ ਇਹਨਾਂ ਨੂੰ ਲੱਗਦੇ ਕਿ ਕੀੜੇ ਮਕੌੜੇ ਤੇ ਲੋਕ ਉਹਨਾਂ ਅਹਿਸਾਸ ਕਰਾਉਣਾ ਚਾਹੁੰਦੇ ਆ ਕਿ ਅਸੀਂ ਹੀ ਸਾਰਾ ਕੁਝ ਆ ਜੋ ਅਸੀਂ ਕਰਾਂਗੇ ਚੰਮ ਦੀਆਂ ਚਲਾਵਾਂਗੇ ਤੁਹਾਨੂੰ ਮੰਨਣੀਆਂ ਪੈਣਗੀਆਂ ਸਿਰਫ ਸਰਬਜੀਤ ਕੋਰ ਮਾਣੂ ਕੇ ਹੋਣ ਕਰਕੇ ਉਹ ਇਸ ਸਮਾਵਨ ਨਾਲ ਜੁੜੀ ਹੋਈ ਆ ਉਹੀ ਕੋਠੀ ਤੇ ਕਬਜ਼ਾ ਕਰਨਾ ਚਾਹੁੰਦੀ ਸੀ ਇਸ ਕਰਕੇ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰੀ ਜਾ ਰਹੀਗੀ ਕੱਲ ਨੂੰ ਜੇ ਰਜਿਸਟਰੀ ਟੁੱਟਦੀ ਆ ਤਾਂ ਸਾਡੀ ਅਗਲੀ ਮੰਗ ਇਹ ਆ ਜੇ ਜਦੋਂ ਰਜਿਸਟਰੀ ਟੁੱਟ ਜਾਂਦੀ ਆ ਤਾਂ ਇਹ ਆਟੋਮੈਟਿਕਲੀ ਸਰਬਜੀਤ ਕੌਰ ਮਾਨੂ ਕੇ ਦੋਸ਼ੀ ਬਣਦੀ ਆ ਕਰਨ ਸਿੰਘ ਅਸ਼ੋਕ ਕੁਮਾਰ ਮਾਲ ਮਹਿਕਮੇ ਦੇ ਅਧਿਕਾਰੀ ਦੋਸ਼ੀ ਬਣਦੇ ਆ ਤੇ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਆ ਕਿ ਉਹਨਾਂ ਦੇ ਵੀ ਪਰਚਾ ਦਰਜ ਕਰੋ ਇਸ ਕਰਕੇ ਪ੍ਰਸ਼ਾਸਨ ਉਹਨਾਂ ਨੂੰ ਬਚਾਉਣ ਵਾਸਤੇ ਰਜਿਸਟਰੀ ਜਿਹੜੀ ਉਹ ਨਹੀਂ ਤੋੜ ਰਿਹਾਗਾ ਇਹ ਪਰਿਵਾਰ ਨੂੰ ਇਨਸਾਫ ਨਹੀਂ ਦੇ ਰਿਹਾਗਾ ਤੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਨੌਬਤ ਬਹੁਤ ਛੇਤੀ ਆਉਣ ਜਾ ਰਹੀ ਆ ਤੇ ਤੁਹਾਨੂੰ ਇਹਨਾਂ ਖਿਲਾਫ ਕਾਰਵਾਈ ਜਿਹੜੀ ਉਹ ਕਰਨੀ ਪਊਗੀ ਕੀ ਲੱਗਦਾ ਏ ਡੇ ਲੀਡਰ ਆ ਜਾਂ ਇੱਥੋਂ ਦੇ ਲੋਕ ਆ ਉਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਐਨ ਆਰ ਆਈ ਆ ਵੀ ਉੱਥੇ ਬਾਧੂ ਪੈਸਾ ਬਣਾ ਲੈਂਦੇ ਆ ਇੱਥੋਂ ਵਾਲੀਆਂ ਚੀਜ਼ਾਂ ਨਾਪ ਲੋ ਇਹਨਾਂ ਨੇ ਜਿਹੜਾ ਕੋਈ ਇੱਕ ਨੰਬਰ ਦੇ ਪੈਸੇ ਦੀਆਂ ਬਣਾਈਆਂ ਕੀ ਇਹ ਸੋਚ ਲੱਗਦੀ ਰਹਿੰਦੀ ਤਾਂ ਬਿਲਕੁਲ ਇਹੀ ਆ ਦੇਖੋ ਚੋਣ ਪ੍ਰਣਾਲੀ ਦੇ ਰਾਹੀਂ ਚੋਣਾ ਹੋ ਜਾਂਦੀਆਂ ਚੋਣਾ ਕਿਸ ਤਰੀਕੇ ਨਾਲ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਨਸ਼ੇ ਵੰਡੇ ਜਾਂਦੇ ਆ ਪੈਸੇ ਵੰਡੇ ਜਾਂਦੇ ਆ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਜਾਂਦੇ ਆ ਠੀਕ ਆ ਸਰਕਾਰ ਬਣ ਜਾਂਦੀ ਆ ਪਰ ਉਹਨਾਂ ਸਰਕਾਰਾਂ ਦੇ ਜਿਹੜੇ ਚਿਹਰੇ ਆ ਇਹੀ ਆਮ ਆਦਮੀ ਪਾਰਟੀ ਹੈ ਜਿਹਦੇ ਵਿੱਚੋਂ ਕਾਲੀ ਕਾਂਗਰਸੀ ਟੁੱਟ ਟੁੱਟ ਕੇ ਆ ਕੇ ਐਮਐਲਏ ਬਣੇ ਹੋਏ ਆ ਜਲੰਧਰ ਦੀ ਸੀਟ ਜਿੱਤਣ ਵਾਸਤੇ ਕਾਂਗਰਸੀ ਜਿਹੜਾ ਹੈਗਾ ਬੰਦਾ ਚੱਕ ਕੇ ਉਹਨਾਂ ਨੇ ਉਹਨੂੰ ਐਮਪੀ ਬਣਾ ਲਿਆ ਜਲੰਧਰ ਤੋਂ ਫਿਰ ਕੀ ਕੀ ਲੋ ਕੋ ਰਹਿ ਗਿਆ ਉਹੀ ਪੁਰਾਣੇ ਜਿਹੜੇ ਮਾਫੀਆ ਦੇ ਵਿੱਚ ਨਾਂ ਬੋਲਦੇ ਸੀ ਜਿੰਨਾਂ ਦੇ ਉਹ ਇਹਨਾਂ ਦੀ ਸਰਕਾਰ 'ਚ ਵਿਧਾਇਕ ਬਣੇ ਬੈਠੇ ਆ ਤੇ ਉਹੀ ਸਾਰੇ ਸਿਸਟਮ ਨੂੰ ਜਿਹੜਾ ਚਲਾ ਰਹੇ ਆ ਇੱਥੇ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਗਈ ਇਹਦਾ 5 ਸਾਲਾਂ ਬਾਅਦ ਸਰਕਾਰ ਦਾ ਨਾਮ ਐਮਐਲਏ ਦੇ ਨਾਮ ਬਦਲ ਜਾਂਦੇ ਆ ਪੂਰਾ ਜਿਹੜਾ ਤੰਤਰ ਆ ਜਿਹਦੇ ਨਾਲ ਲੋਕਾਂ ਦਾ ਵਾਹ ਪਹਿਣਾ ਮਾਲ ਮਹਿਕਮਾ डीसी दफ्तर एसडीएम दफ्तर एसएचओ थाने एसएसपी स्कूल कॉलेज ਜਿੰਨਾਂ ਨਾਲ ਆਮ ਲੋਕਾਂ ਦੀ ਜ਼ਿੰਦਗੀ ਜੁੜੀ ਹੈ ਉਹਨਾਂ ਨਾਲ ਵਾਅ ਪੈਣਾ ਉਹਨਾਂ ਦੇ ਵਿੱਚ ਕੋਈ ਬਦਲਾ ਨਹੀਂ ਹੁੰਦਾ 5 ਸਾਲਾਂ ਬਾਅਦ ਸਿਰਫ ਐਮਐਲਏ ਦੇ ਨਾਮ ਬਦਲਦੇ ਆ ਇਹਨਾਂ ਨੇ ਵੀ ਬਹੁਤ ਰਯੋੜੀਆਂ ਵੱਡੀਆਂ ਕੇ ਬਦਲਾ ਆ ਜਾਣਾ ਬਦਲਾ ਆ ਜਾਣਾ ਹੁਣ ਲੋਕ ਬਦਲਾ ਲੋਕਾਂ ਦੇ ਸਾਹਮਣੇ ਆ ਉਹੀ ਜਿਹੜਾ ਗਰੋਅ ਆ ਉਸੇ ਤਰ੍ਹਾਂ ਸਰਗਰਮਾ ਕੰਮ ਕਰ ਰਿਹਾ ਲੋਕਾਂ ਨੇ ਪਹਿਲਾਂ ਵੀ ਇਸ ਗਰੋਅ ਦੇ ਖਿਲਾਫ ਸਾਂਝੀ ਲੜਾਈ ਲੜ ਕੇ ਇਨਾਂ ਨੂੰ ਜਿਹੜਾ ਹਰਾਇਆ ਹੁਣ ਵੀ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਆਸ ਛੱਡ ਕੇ ਸਾਂਝੀ ਲੜਾਈ ਲੜ ਕੇ ਹੀ ਇਸ ਗਰੋਹ ਦੇ ਖਿਲਾਫ ਜਿਹੜਾ ਜਿੱਤ ਹਾਸਲ ਕਰਨੀ ਪੈਣੀ ਹੈ ਤੇ ਇਹਨਾਂ ਦਾ ਮੂੰਹ ਜਿਹੜਾ ਉਹ ਭੰਨਣਾ ਪੈਣਾ ਕਿ ਜਿਵੇਂ ਐਨ ਆਰ ਆਈਆਂ ਨੂੰ ਡਰਨ ਦੀ ਲੋੜ ਹੈ ਦੇਖੋ ਐਨ ਆਰ ਆਈ ਜਿਹੜੇ ਬਾਹਰ ਬੈਠੇ ਆ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਮਨ ਨੂੰ ਇਹ ਧੁੜਕੂ ਲੱਗੂਗਾ ਕਿ ਜੇ ਪੰਜਾਬ 'ਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤਾਂ ਫਿਰ ਸਾਡੀਆਂ ਜਾਇਦਾਦਾਂ ਦਾ ਕੀ ਬਣੂਗਾ ਉਹਨਾਂ ਨੂੰ ਵੀ ਬਹੁਤ ਸਰਗਰਮ ਰਹਿਣਾ ਚਾਹੀਦਾ ਉਹਨਾਂ ਨੂੰ ਵੀ ਇਹਨਾਂ ਦੇ ਚੁੰਗਲ 'ਚੋਂ ਬਾਹਰ ਆਉਣਾ ਚਾਹੀਦਾ ਤੇ ਜਿਹੜੇ ਆਮ ਲੋਕ ਹੈਗੇ ਆ ਜਥੇਬੰਦੀਆਂ ਉਹਨਾਂ ਦੇ ਸੰਘਰਸ਼ ਜਿਹੜੀ ਉਹ ਟੇਕ ਰੱਖਣੀ ਚਾਹੀਦੀ ਆ ਸਰਕਾਰ ਤੇ ਮੰਗ ਕਰਾਂਗੇ ਕਿ ਜੇ ਅੱਜ ਇਸ ਪਰਿਵਾਰ ਨਾਲ ਹੋ ਗਿਆ ਬਾਹਰ ਵਾਲੇ ਐਨ ਆਰ ਆਈ ਜਿਹੜੇ ਭਰਾ ਵੀਰ ਬਾਹਰ ਪੈਣਾ ਬਾਹਰ ਬੈਠੀਆਂ ਉਹ ਨਿਸ਼ਚਿਤ ਹੋ ਕੇ ਚੈਣ ਦੀ ਨੀਂਦ ਸੌ ਸਕਣ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਗਰੰਟੀ ਕਰੇ ਕਿ ਅੱਜ ਇਹ ਪਰਿਵਾਰ ਨਾਲ ਹੋਇਆ ਕੱਲ ਨੂੰ ਕਿਸੇ ਐਨਆਰਆਈ ਪਰਿਵਾਰ ਨਾਲ ਇਸ ਤਰ੍ਹਾਂ ਦਾ ਜਿਹੜਾ ਕਾਂਡ ਆਉ ਨਹੀਂ ਵਾਪਰੂਗਾ ਇਹਦੀ ਸਰਕਾਰ ਨੂੰ ਜਿਹੜੀ ਹੈ ਗਰੰਟੀ ਕਰਨੀ ਚਾਹੀਦੀ ਆ ਉਹੀ ਭਗਵੰਤ ਮਾਨ ਜਿਹੜਾ ਚੰਨੀ ਦੇ ਖਿਲਾਫ ਪਰਚਾ ਦਰਜ ਕਰਾਉਣ ਵਾਸਤੇ ਜਿਵੇਂ ਚੰਨੀ ਕਰਦਾ ਹੁੰਦਾ ਸੀ ਓਵੇਂ ਭਗਵੰਤ ਮਾਨ ਕਰੀ ਜਾਂਦਾ ਜਿਵੇਂ ਸੁਖਵੀਰ ਬਾਦਲ ਕਰਦਾ ਸੀ ਓਵੇਂ ਕੈਪਟਨ ਕਰੀ ਜਾਂਦਾ ਸੀਗਾ ਓਵੇਂ ਹੁਣ ਭਗਵੰਤ ਮਾਨ ਉਹਨਾਂ ਕੰਮਾਂ ਤੇ ਆਇਆ ਹੋਇਆ ਜੇ ਇੱਕ ਚੰਨੀ ਦੇ ਖਿਲਾਫ ਪਰਚਾ ਦਰਜ ਕਰਨ ਵਾਸਤੇ ਭਗਵਾਨਤਮਨ ਇੱਕ ਸਟੇਟ ਦਾ ਮੁੱਖ ਮੰਤਰੀ 3 ਕਰੋੜ ਦੀ ਆਬਾਦੀ ਦਾ ਇੱਕ ਮੁੱਖ ਮੰਤਰੀ ਆਹ ਪ੍ਰੈਸ ਕਾਨਫਰੰਸ ਕਰਦਾ ਇੱਕ ਛੋਟੇ ਦੇ ਮਸਲੇ ਤੇ ਆ ਕੇ ਤਾਂ ਫਿਰ ਐਡਾ ਵੱਡਾ ਮਸਲਾ ਇਸ ਮਸਲੇ ਦੇ ਉਪਰ ਪ੍ਰੈਸ ਕਾਨਫਰੰਸ ਕਿਉਂ ਨਹੀਂ ਕਰ ਸਕਦੇਗੇ ਭਗਵਾਨਤਮਨ ਸਾਹਿਬ ਨੂੰ ਇਹ ਚਾਹੀਦਾ ਕਿ ਉਹ ਤੇ ਪ੍ਰੈਸ ਕਾਨਫਰੰਸ ਕਰਨ ਇਹ ਤੇ ਆਉਦੀ ਚੁੱਪੀ ਤੋੜਨ ਦਾ ਉਹਦਾ ਜਵਾਬ ਦੇਣ ਤੇ ਬਾਹਰ ਜਿਹੜੇ ਐਨ ਆਰ ਆਈ ਭਰਾ ਪੈਣਾ ਬੈਠੀਆਂ ਉਹਨਾਂ ਨੇ ਗਰੰਟੀ ਕਰਨਗੇ ਕੱਲ ਨੂੰ ਉਹਨਾਂ ਦੇ ਪਰਿਵਾਰ ਨਾਲ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦਾ ਜਿਹੜਾ ਕਾਂਡ ਉਹ ਨਹੀਂ ਵਾਪਰੂਗਾ ਜੇ ਇਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨਹੀਂ ਕਰ ਦੇਗੇ ਤਾ ਫਿਰ ਇਹਦਾ ਮਤਲਬ ਆ ਕਿ ਇਹ ਚੋਰਾਂ ਦੀ ਸਰਕਾਰ ਆ ਇਹ ਲਟੇਰਾ ਗਰੋ ਉਸੇ ਤਰ੍ਹਾਂ ਸਰਗਰਮ ਆ ਤੇ ਇਹ ਤਾਂ ਮੁੱਖ ਮੰਤਰੀ ਸਰਕਾਰ ਦੇ ਨਹੀਂ ਇਹ ਸਰਦਾਰ ਆ ਚੋਰਾਂ ਦੇ ਗਰੋ ਤੇ ਤੇ ਐਨ ਆਰ ਆਈ ਭਰਾਵਾਂ ਨੂੰ ਜਿਹੜਾ ਇਹਨਾਂ ਦੇ ਸੰਘਰਸ਼ ਜਿਹੜੇ ਚੱਲ ਰਹੇ ਆ ਉਹਨਾਂ ਸੰਘਰਸ਼ਾਂ ਦੇ ਟੇਕ ਰੱਖ ਕੇ ਹੀ ਜਿਹੜਾ ਉਹ ਚਿੰਤਾ ਮੁਕਤ ਹੋ ਸਕਦੇ ਆ ਆਖਰੀ ਸਵਾਲ ਲਵਾਂਗਾ ਕੀ ਇਹ ਭਗਤ ਸਿੰਘ ਦੀ ਸੋਚ ਚੱਲ ਰਹੀ ਹੈ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਚੱਲ ਰਹੀ ਭਗਤ ਸਿੰਘ ਤਾਂ ਇਹਨਾਂ ਦੂਰ ਭਗਤ ਸਿੰਘ ਦੀ ਵਿਚਾਰਧਾਰਾ ਸੋਚ ਤਾਂ ਇਹ ਦੂਰ ਨੇੜੇ ਦੇ ਵੀ ਨਹੀਂ ਨਿਕਲਦੇਗੇ ਲੰਘਦੇਗੇ ਭਗਤ ਸਿੰਘ ਦੀ ਵਿਚਾਰਧਾਰਾ ਭਗਤ ਸਿੰਘ ਦੀ ਸੋਚ ਨੂੰ ਸਾਰਿਆਂ ਨੇ ਆਪਣੀ ਦੁਕਾਨ ਬਣਾ ਲਿਆ ਸਿਰਫ ਉਹਦੀ ਸੋਚ ਉਹਦੀ ਵਿਚਾਰਧਾਰਾ ਦੇ ਰੱਟ ਲਾ ਲਾ ਕੇ ਆਪਦੀਆਂ ਦੁਕਾਨਾਂ ਚਲਾ ਰਹੇ ਆ ਪੁਰਾਣੀਆਂ ਪਾਰਟੀਆਂ ਨੇ ਵੀ ਚਲਾਈਆਂ ਤੇ ਇਹ ਪਾਰਟੀ ਵੀ ਉਹਦੇ ਨਾਮ ਤੇ ਸਿਆਸਤ ਕਰਕੇ ਆ ਉਹਦਾ ਜਿਹੜਾ ਨਾਮ ਆ ਉਹ ਵਰਤ ਰਹੀ ਆ ਭਗਤ ਸਿੰਘ ਦੀ ਸਿਆਸਤ ਭਗਤ ਸਿੰਘ ਦੀ ਸੋਚ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਸੜਕਾਂ ਦੇ ਬੈਠੇ ਆ ਪੰਜਾਬ 'ਚ ਉਹਨਾਂ ਦੇ ਵਿੱਚ ਭਗਤ ਸਿੰਘ ਦੀ ਸੋਚ ਭਗਤ ਸਿੰਘ ਦੀ ਵਿਚਾਰਧਾਰਾ ਵਸਦੀ ਆ ਉਹੀ ਭਗਤ ਸਿੰਘ ਦੇ ਅਸਲੀ ਜਿਹੜੇ ਆ ਉਹ ਨਾਇਕ ਹੈਗੇ ਆ ਭਗਤ ਸਿੰਘ ਦਾ ਆਖਰੀ ਜਿਹੜਾ ਜਿਹਦੇ ਬਾਰੇ 15 ਜਵਾਹਰ ਨਾਲ ਨਹਿਰੂ ਨੇ ਵੀ ਵਿਧਾਨ ਸਭਾ 'ਚ ਬੋਲਦੇ ਹੋਏ ਕਿਹਾ ਪਾਰਲੀਮੈਂਟ 'ਚ ਬੋਲਦੇ ਹੋਏ ਮਜ਼ਾਕ ਉਡਾਇਆ ਸੀਗਾ ਭਗਤ ਸਿੰਘ ਨੇ ਤਾਂ ਕਿਹਾ ਸੀਗਾ ਕਿ ਅਸੀਂ ਅੰਗਰੇਜ਼ਾਂ ਨੂੰ ਇੱਥੋਂ ਕੱਢ ਕੇ ਸਰਮਾਇਦਾਰਾਂ ਦਾ ਜ਼ਗੀਰਦਾਰਾਂ ਦਾ ਜਿੰਨਾ ਇੱਥੇ ਸਾਮਰਾਜ ਦਾ ਸਰਮਾਇਆ ਲੱਗਿਆ ਹੋਇਆ ਉਹ ਸਾਰਾ ਜ਼ਬਤ ਕਰਾਂਗੇ ਜ਼ਬਤ ਕਰਕੇ ਆਮ ਮਜ਼ਦੂਰਾਂ ਕਿਸਾਨਾਂ ਦੇ ਵਿੱਚ ਵਾਪਸ ਵੰਡਾਂਗੇ ਉਹਨਾਂ ਸਾਰੇ ਲੋਕਾਂ ਨੂੰ ਜਿਹੜਾ ਇਸ ਜ਼ਾਇਦਾ ਦੇ ਇੱਥੇ ਕਿਰਤ ਹੁੰਦੀ ਜਿੱਥੇ ਫੈਕਟਰੀਆਂ کارਖਾਨੇ ਜ਼ਮੀਨਾਂ ਇਹਨਾਂ ਦੇ ਮਾਲਕ ਬਣਾਵਾਂਗੇ ਤੇ ਤੁਸੀਂ ਦੇਖ ਲਓ ਇਹਨਾਂ ਨੇ ਕਿੰਨੇ ਕੁ ਲੋਕਾਂ ਨੂੰ ਮਾਲਕ ਬਣਾਇਆ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਾ ਲੈਣ ਜਾਂਦਾ ਉਹਨਾਂ ਦੇ ਪੁੜੇ ਸੇਕ ਨੂੰ ਵਾਪਸ ਭੇਜਦੇ ਆ ਕਿਸਾਨ ਆਉਂਦੀਆਂ ਮੰਗਾਂ ਨੂੰ ਲੈ ਕੇ ਜਾਂਦਾ ਹੁੰਦੀਆਂ ਪੱਗਾਂ ਖੋਲਦੇ ਆ ਨੌਜਵਾਨ ਰਿਗਾਰ ਰਸਤੇ ਦਰਦਰ ਦੀਆਂ ਠੋਕਰਾਂ ਖਾ ਰਹੇ ਆ ਵਿਦਿਆਰਥੀ ਕਾਲਜਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਕਾਲਜ ਬੰਦ ਹੋਣ ਜਾ ਰਹੇ ਆ ਪੰਜਾਬ ਦੇ ਸਰਕਾਰੀ ਕਾਲਜ ਫਿਰ ਕਿੱਥੇ ਭਗਤ ਸਿੰਘ ਦੀ ਸੋਚ ਨਾਲ ਇਹਨਾਂ ਦਾ ਵਾਹ ਵਾਸਤਾ ਹੈਗਾ ਭਗਤ ਸਿੰਘ ਭਗਤ ਸਿੰਘ ਦੀ ਸੋਚ ਨਾਲ ਇਹਨਾਂ ਦਾ ਦੂਰ ਨੇੜੇ ਦਾ ਕੋਈ ਵਾਹਵਾਸਤਾਨੀ ਆ ਭਗਤ ਸਿੰਘ ਲੋਕਾਂ ਦਾ ਨਾਇਕ ਆ ਲੋਕਾਂ ਦੇ ਸੰਘਰਸ਼ ਦੀ ਜਿਹੜੀ ਉਹਦੀ ਸੋਚ ਆ ਉਹ ਵਸਦੀ ਆ ਬਹੁਤ ਬਹੁਤ ਧੰਨਵਾਦ ਕਰਨ ਸੁਪਰੀਆ ਗੱਲਬਾਤ ਕੀਤੀ ਨੌਜਵਾਨ ਭਾਰਸਵਾ ਵੀ ਸਮੂਹ ਜਥੇਬੰਦੀਆਂ ਦੇ ਨਾਲ ਇਸ ਘੋਲ ਦੇ ਵਿੱਚ ਆ ਚੁੱਕੀ ਆ ਤੇ ਉਹ ਕਹਿੰਦੇ 26 ਨੂੰ ਜੋ ਐਕਸ਼ਨ ਹੋਊਗਾ ਉਹ ਚ ਅਸੀਂ ਡਟ ਕੇ ਹਮਾਇਤ ਕਰਾਂਗੇ ਨਾਲ ਹੀ ਉਹਨਾਂ ਨੇ ਸਰਕਾਰ ਤੇ ਕਾਫੀ ਗੱਲਾਂ ਕਹੀਆਂ ਕੈਮਰਾ ਪਰਸਨ ਇਮਤਾਜ ਦੇ ਨਾਲ ਮਨਿੰਦਰ ਜੀ ਸਿੱਧੂ ਲੋਕ ਵਾਈਟ